ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਰਸ਼ਨ ਸਿੰਘ ਦਰਸ਼ਕ ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰਾਂ ਅੱਜ ਆਪਾਂ ਪੰਜਾਬ ਦੀ ਸਿਆਸਤ ਉੱਤੇ ਗੱਲ ਕਰਾਂਗੇ ਸਿੱਖ ਸਿਆਸਤ ਉੱਤੇ ਗੱਲ ਕਰਾਂਗੇ ਭਾਵ ਅਕਾਲੀ ਸਿਆਸਤ ਉੱਤੇ ਗੱਲਬਾਤ ਕਰ ਰਹੇ ਹਾਂ ਰਿਪੋਰਟ ਇਹ ਹੈ ਕਿ ਕੱਲ ਨੂੰ ਯੂਨਾਈਟਿਡ ਅਕਾਲੀ ਦਲ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਇਸ ਗੱਲ ਦਾ ਫੈਸਲਾ ਕੀਤਾ ਜਾਊਗਾ ਕਿ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀ ਦਰਬਾਰ ਸਾਹਿਬ ਵਿਖੇ ਜਿਹੜੀ ਮਾਫੀ ਮੰਗੀ ਹੈ ਉਸ ਦੇ ਆਧਾਰ ਦੇ ਉੱਤੇ ਏਕਾ ਕੀਤਾ ਜਾਣਾ ਚਾਹੀਦਾ ਹੈ ਕਿ ਨਹੀਂ ਕੀਤਾ ਜਾਣਾ ਚਾਹੀਦਾ ਤੁਹਾਨੂੰ ਯਾਦ ਹੋਊਗਾ ਕਿ ਅਕਾਲੀ ਦਲ ਦੀ 193ਵੇਂ ਬਰੇ ਗੜ ਦੇ ਮੌਕੇ ਸੁਖਵੀਰ ਸਿੰਘ ਬਾਦਲ ਜਿਹੜੇ ਬਾਦਲ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਮਾਫੀ ਮੰਗੀ ਸੀ ਤੇ ਮਾਫੀ ਦੇ ਵਿੱਚ ਇਹ ਗੱਲ ਕਹੀ ਸੀ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਵੇਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਤੇ ਉਹਨਾਂ ਦੀ ਜਦੋਂ ਸੱਤਾ ਸੀਗੀ ਉਸ ਦੌਰਾਨ ਬਹੁਤ ਸਾਰੇ ਗਲਤੀਆਂ ਹੋਈਆਂ ਖਾਸ ਕਰਕੇ ਸਿੱਖ ਮੁੱਦਿਆਂ ਨੂੰ ਲੈ ਕੇ ਤੇ ਇਸ ਮੌਕੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਜਿਹੜੀਆਂ ਗਲਤੀਆਂ ਹੋਈਆਂ ਜਿਹੜੀਆਂ ਭੁੱਲਾਂ ਹੋਈਆਂ ਉਹਦੇ ਲਈ ਉਹ ਮਾਫੀ ਮੰਗਦੇ ਨੇ ਤੇ ਦੂਜੀ ਗੱਲ ਇਹ ਵੀ ਗੱਲ ਕਹੀ ਕਿ ਜਿਹੜੇ ਜਿਹੜੇ ਲੀਡਰ ਅਕਾਲੀ ਦਲ ਛੱਡ ਕੇ ਗਏ ਨੇ ਉਹਨਾਂ ਤੋਂ ਵੀ ਉਹ ਮਾਫੀ ਮੰਗਦੇ ਨੇ ਤੇ ਇਸ ਸੰਬੰਧ ਵਿੱਚ ਅੱਗੇ ਤੋਂ ਵੀ ਉਹਨਾਂ ਨੇ ਅਜਈਆਂ ਭੁੱਲਾਂ ਨਾ ਕਰਨ ਦਾ ਵਾਅਦਾ ਵੀ ਕੀਤਾ ਇਸ ਗੱਲ ਨੂੰ ਲੈ ਕੇ ਸੁਖਦੇਵ ਸਿੰਘ ਘਿੰਡਸਰ ਜਿਹੜੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਇਸ ਤਰ੍ਹਾਂ ਦੇ ਸੰਕੇਤ ਦਿੱਤੇ ਕਿ ਜਿਹੜਾ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਉਹਨਾਂ ਨੂੰ ਪਹਿਲਾਂ ਹੀ ਕਿਹਾ ਗਿਆ ਸੀ ਕਿ ਉਹ ਮਾਫੀ ਮੰਗਣ ਆਪਣੇ ਕਾਰਜਕਾਲ ਦੌਰਾਨ ਜੋ ਕੁਝ ਵੀ ਖਾਸ ਤੌਰ ਤੇ ਸਿੱਖ ਮੁੱਦਿਆਂ ਨੂੰ ਲੈ ਕੇ ਖਾਸ ਤੌਰ ਤੇ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਉਹਨਾਂ ਤੋਂ ਜਿਹੜੀਆਂ ਭੁੱਲਾਂ ਹੋਈਆਂ ਨੇ ਉਹਨਾਂ ਲਈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਸ ਮਾਫੀ ਤੋਂ ਬਾਅਦ ਫੇਰ ਚਰਚਾ ਹੈ ਇਸ ਗੱਲ ਦੀ ਛਲਪੀ ਹੈ ਕਿ ਕੀ ਯੂਨਾਈਟਿਡ ਅਕਾਲੀ ਦਲ ਤੇ ਬਾਦਲ ਦਲ ਇੱਕ ਵਾਰ ਫੇਰ ਇਕੱਠੇ ਹੋ ਸਕਦੇ ਆ ਤੇ ਇਹ ਸਬੰਧ ਵਿੱਚ ਜਿਹੜੀ ਕੱਲ ਨੂੰ ਮੀਟਿੰਗ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਜਿਹੜੀਆਂ ਬਿਆਨਬਾਜ਼ੀ ਹੋਈਆਂ ਨੇ ਉਸ ਤੋਂ ਇਹੀ ਪ੍ਰਭਾਵ ਲੱਗਦਾ ਹੈ ਕਿ ਸੁਖਦੇਵ ਸਿੰਘ ਢੀਡਸਾ ਹਲੇ ਬਚ ਪਚਾ ਕੇ ਵਿਚਾਰੇ ਦਾ ਰਾਹ ਅਪਣਾ ਰਹੇ ਨੇ ਉਹਨਾਂ ਨੇ ਸਿੱਧੇ ਤੌਰ ਤੇ ਇਹ ਨਹੀਂ ਕਿਹਾ ਕਿ ਅਸੀਂ ਅਕਾਲੀ ਦਲ ਬਾਦਲ ਦੇ ਨਾਲ ਇਕਜੁੱਟਤਾ ਕਰ ਸਕਦੇ ਹਾਂ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਆਪਣੇ ਪਾਰਟੀ ਦੇ ਸੀਨੀਅਰ ਜਿਹੜੇ ਲੀਡਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਗੱਲਬਾਤ ਤੋਂ ਬਾਅਦ ਜੋ ਹੈ ਇਹ ਸਮਝੌਤਾ ਹੋ ਸਕਦਾ ਜਾਂ ਇਕਜੁੱਟਤਾ ਜਾਂ ਇਕੱਠੇ ਹੋ ਸਕਦੇ ਆ ਤੇ ਦੂਜੀ ਪਰਮਿੰਦਰ ਸਿੰਘ ਟਿੰਸਾ ਜਿਹੜੇ ਸੁਖਦੇਵ ਸਿੰਘ ਟਿੰਸਾ ਦੇ بیٹے ਨੇ ਉਹਨਾਂ ਨੇ ਸੰਕੇਤ ਇਹੀ ਦਿੱਤਾ ਹੈ ਕਿ ਬਾਦਲਦਾਰ ਦੇ ਨਾਲ ਇੱਕਾ ਹੋ ਸਕਦਾ ਹੈ ਤੇ ਇਹ ਪ੍ਰਭਾਵ ਮਿਲਿਆ ਵੀ ਹੈ ਮੀਡੀਆ ਦੇ ਵਿੱਚ ਵੀ ਇਹ ਖਬਰਾਂ ਆ ਚੁੱਕੀਆਂ ਨੇ ਪਰ ਇਹਦੇ ਨਾਲ ਨਾਲ ਕੁਝ ਲੀਡਰ ਇਹ ਵੀ ਨੇ ਕਿ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ ਜੋ ਮਾਫੀ ਮੰਗੀ ਹੈ ਕੀ ਉਹ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਮੰਗੀ ਹੈ ਇਹ ਵੀ ਬੜਾ ਵੱਡਾ ਸਵਾਲ ਹੈ ਤੇ ਖਾਸ ਤੌਰ ਤੇ ਯੂਨਾਈਟਿਡ ਅਕਾਲੀ ਦਲ ਦੇ ਲੀਡਰ ਇਹੀ ਕਹਿੰਦੇ ਆ ਰਹੇ ਸੀਗੇ ਕਿ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ ਤੇ ਸੁਖਬੀਰ ਸਿੰਘ ਬਾਦਲ ਨੇ ਜੋ ਮਾਫੀ ਮੰਗੀ ਹੈ ਉਹ ਮਰਿਆਦਾ ਅਨਸਾਰ ਨਹੀਂ ਮੰਗੀ ਹੈ ਜੋ ਪਰੰਪਰਾ ਚੱਲਦੀ ਆ ਰਹੀ ਸੀ ਉਸ ਅਨਸਾਰ ਮਾਫੀ ਨਹੀਂ ਮੰਗੀ ਉਹਦੇ ਵਿੱਚ ਇਹ ਸੀਗਾ ਕਿ ਕਾਸਤ ਆਫ ਅ ਤਸਕਬੀਰ ਸਿੰਘ ਬਾਦਲ ਨੂੰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਉਤੇ ਬੇਨਤੀ ਕਰਨੀ ਚਾਹੀਦੀ ਸੀ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਬਹੁਤ ਸਾਰੀਆਂ ਭੁੱਲਾਂ ਹੋਈਆਂ ਗਲਤੀਆਂ ਹੋਈਆਂ ਇਸ ਦੇ ਲਈ ਉਸ ਨੂੰ ਸਜ਼ਾ ਲਗਾਈ ਜਾਂਦੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਹੋਰ ਜਿਹੜੇ ਸਿੰਘ ਸਹਿਬਾਨ ਨੇ ਉਹਨਾਂ ਵੱਲੋਂ ਇਹ ਮਾਫੀ ਦਿੱਤੀ ਜਾਣੀ ਸੀ ਜਾਂ ਨਹੀਂ ਦਿੱਤੀ ਜਾਣੀ ਸੀ ਜਾਂ ਤਨਖਾਹ ਲਗਾਈ ਜਾਣੀ ਸੀਗੀ ਇੱਕ ਪਰੰਪਰਾ ਚੱਲੀ ਆ ਰਹੀ ਹੈ ਇਹ ਪਰੰਪਰਾ ਅੱਜ ਤੋਂ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਸੇ ਇਸੇ ਤਰੀਕੇ ਦੇ ਨਾਲ ਜਿਹੜੇ ਸਜ਼ਾ ਲਗਾਈ ਗਈ ਸੀਗੀ ਇਸੇ ਤਰੀਕੇ ਦੇ ਨਾਲ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਸਜ਼ਾ ਲਗਾਈ ਗਈ ਸੀਗੀ ਸੁਖਬੀਰ ਸਿੰਘ ਬਾਦਲ ਨੂੰ ਇਹ ਜੀ ਕੋਈ ਸਜ਼ਾ ਨਹੀਂ ਲਗਾਈ ਗਈ ਹੈ ਤੇ ਇਸ ਗੱਲ ਕਰਕੇ ਜਿਹੜੇ ਯੂनाइटेड ਅਕਾਲੀ ਦਲ ਦੇ ਕੁਝ ਲੀਡਰ ਨੇ ਉਹ ਜਿਹੜੇ ਹੈਗਾ ਇਸ ਤਰ੍ਹਾਂ ਦੇ ਮਤਭੇਦ ਰੱਖਦੇ ਨੇ ਉਹ ਇਹ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਮਾਫੀ ਤਾਂ ਮੰਗੀ ਹੈ ਪਰ ਜੋ ਪਰੰਪਰਾ ਜੋ ਰਵਾਇਤ ਹੈ ਉਹ ਸੰਸਾਰ ਮਾਫੀ ਨਹੀਂ ਮੰਗਦੀ ਹੈ ਤੇ ਅਜਿਹੇ ਮਤਭੇਦਾਂ ਦੇ ਵਿੱਚ ਹੁਣ ਯੂनाइटेड ਅਕਾਲੀ ਦਲ ਜਿਹੜੀ ਕੱਲ ਦੀ ਮੀਟਿੰਗ ਆ ਉਹਦੇ ਵਿੱਚ ਕਿਸ ਤਰੀਕੇ ਦਾ ਫੈਸਲਾ ਲੈ ਸਕਦਾ ਹੈ ਤੇ ਇਸ ਸਬੰਧ ਵਿੱਚ ਖਾਸ ਤੌਰ ਤੇ ਢੀਂਡ ਸਾਧੜੇ ਦੇ ਲੀਡਰਾਂ ਨਾਲ ਜਿਹੜੀ ਗੱਲਬਾਤ ਹੋਈ ਹੈ ਉਦੋਂ ਵਿੱਚ ਇਹੀ ਸੰਕੇਤ ਮਿਲ ਰਿਹਾ ਹੈ ਕਿ ਢੀਂਸਾ ਗਰੁੱਪ ਇਸ ਕਾਹਲੀ ਦੇ ਵਿੱਚ ਨਹੀਂ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਤੁਰੰਤ ਏਕਾ ਕਰ ਲਿਆ ਜਾਵੇ। ਇਹ ਸਬੰਧ ਵਿੱਚ ਇੱਕ ਸੀਨੀਅਰ ਲੀਡਰਾਂ ਦੀ ਕਮੇਟੀ ਬਣਾਈ ਜਾ ਸਕਦੀ ਹੈ ਤੇ ਇਹ ਕਮੇਟੀ ਸਿੱਖ ਲੀਡਰਾਂ ਜਾਂ ਸਿੱਖ ਭਾਈਚਾਰੇ ਤੋਂ رائے ਹਾਸਲ ਕਰੇਗੀ ਕਿ ਕੀ ਸੁਖਵੀਰ ਸਿੰਘ ਬਾਦਲ ਦੇ ਨਾਲ ਇਹ ਏਕਤਾ ਕੀਤੀ ਜਾਣੀ ਚਾਹੀਦੀ ਹੈ। ਕਿ ਨਹੀਂ ਕੀਤੀ ਜਾਣੀ ਚਾਹੀਦੀ ਇਸ ਤੋਂ ਅਲੱਗ ਇੱਕ ਨਵੀਂ ਡਿਵੈਲਪਮੈਂਟ ਇਹ ਹੋਈ ਹੈ ਕਿ ਜਦੋਂ ਹਸਿਮਰਤ ਘਰ ਬਾਦਲ ਨੇ ਪਾਰਲੀਮੈਂਟ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਤੇ ਇਹ ਗੱਲ ਕਹੀ ਕਿ ਭਾਰਤ ਦੇ ਕਾਨੂੰਨ ਅਜਿਹੇ ਹਨ ਜਿਨ੍ਹਾਂ ਦੇ ਕਾਰਨ ਖਾਸ ਤੌਰ ਤੇ ਸਿੱਖਾਂ ਦੇ ਨਾਲ ਨਾ ਇਨਸਾਫੀ ਹੋਈ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਇਸ ਮੌਕੇ ਦੇ ਉੱਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੇ ਖਾਸ ਔਰਤੇ ਬਲਵੰਤ ਸਿੰਘ ਰਾਜਵਾਨਾ ਦੇ ਸੰਦਰਭ ਚ ਇਹ ਗੱਲ ਕਹੀ ਕਿ ਜਿਹੜੇ ਵਿਅਕਤੀ ਨੇ ਆਪ ਅਪੀਲ ਹੀ ਨਹੀਂ ਕੀਤੀ ਜਿਸ ਬੰਦੇ ਨੂੰ ਆਪਣੇ ਕੀਤੇ ਤੇ ਪਛਤਾਵਾ ਹੀ ਨਹੀਂ ਉਸ ਨੂੰ ਮਾਫੀ ਕਿਸ ਤਰ੍ਹਾਂ ਦਿੱਤੀ ਜਾ ਸਕਦੀ ਹੈ ਤੇ ਖਾਸ ਔਰਤੇ ਜਿਹੜੇ ਕਾਨੂੰਨ ਦੇ ਦੇ ਜਾਣਕਾਰ ਨੇ ਉਹ ਇਹ ਗੱਲ ਕਹਿੰਦੇ ਆ ਕਿ ਕਾਨੂੰਨੀ ਤੌਰ ਤੇ ਅਮਿਤ ਸ਼ਾਹ ਨੇ ਜੋ ਬਿਆਨ ਦਿੱਤਾ ਉਹ ਸਹੀ ਹੈ ਪਰ ਸਿਆਸੀ ਤੌਰ ਤੇ ਇਸ ਦੇ ਦੂਰਗਾਮੀ ਸਿੱਟੇ ਨਿਕਲਣਗੇ ਖਾਸ ਤੌਰ ਤੇ ਜਦੋਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਬਾਰੇ ਇਹ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਇਹ ਦੋਵੇਂ ਪਾਰਟੀਆਂ ਆਉਂਦੀਆਂ 2024 ਦੀ ਚੋਣਾਂ ਦੇ ਵਿੱਚ ਫੇਰ ਤੋਂ ਇਕਜੁੱਟ ਹੋ ਸਕਦੀਆਂ ਨੇ ਹੁਣ ਜਦੋਂ ਅਮਿਤ ਸ਼ਾਹ ਨੂੰ ਮਿਲਣ ਵਾਸਤੇ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਬਣਾਈ ਗਈ ਟੀਮ ਵੱਲੋਂ ਜਿਹੜਾ ਪ੍ਰਧਾਨ ਮੰਤਰੀ ਦੇ ਨਾਲ ਮਿਲ ਕੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲਬਾਤ ਕਰਨੀ ਹੈ ਉਸੇ ਤਰੀਕੇ ਨਾਲ ਰਾਜਵਾਨਾਂ ਦੇ ਸੰਬੰਧ ਵਿੱਚ ਗੱਲ ਕਰਨੀ ਹੈ ਤਾਂ ਅਮਿਤ ਸ਼ਾਹ ਦਾ ਜਿਹੜਾ ਬਿਆਨ ਆਇਆ ਉਸ ਨੇ ਇੱਕਦਮ ਅਕਾਲੀ ਸਿਆਸਤ ਦੇ ਵਿੱਚ ਖਲਬਲੀ ਮਚਾ ਦਿੱਤੀ ਹੈ ਹੁਣ ਇਸ ਮਸਲੇ ਨੂੰ ਲੈ ਕੇ ਕੀ ਅਕਾਲੀ ਦਲ ਇਹ ਦਾਵਾ ਕਰ ਸਕਦਾ ਹੈ ਕਿ ਅੱਗੇੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਹੋ ਸਕਦਾ ਹੈ ਤੇ ਇਸੇ ਗੱਲ ਕਰਕੇ ਹੁਣ ਢੀਂਸਾ ਗਰੁੱਪ ਦੇ ਉੱਤੇ ਵੀ ਇਸੇ ਤਰੀਕੇ ਦੇ ਨਾਲ ਪ੍ਰਸ਼ਨ ਉੱਠਣੇ ਸ਼ੁਰੂ ਹੋ ਗਏ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਤੋਂ ਢੀਂਸਾ ਗਰੁੱਪ ਅਕਾਲੀ ਦਲ ਬਾਦਲ ਦੇ ਨਾਲੋਂ ਅਲੱਗ ਹੋਇਆ ਹੈ ਤਾਂ ਭਾਰਤੀ ਜਨਤਾ ਪਾਰਟੀ ਤੇ ਢੀਂਸਾ ਗਰੁੱਪ ਨੇ ਰੜਕੇ 2022 ਦੀਆਂ ਚੋਣਾਂ ਵੀ ਲੜੀਆਂ ਸੀਗੀਆਂ ਇਸੇ ਦੇ ਤਰੀਕੇ ਦੇ ਨਾਲ ਸੰਗਰੂਰ ਦੇ ਵਿੱਚ ਵੀ ਜਿਹੜਾ ਹੈ ਢੀਂਸਾ ਗਰੁੱਪ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਸਪੋਰਟ ਕੀਤੀ ਸੀ ਜਲੰਧਰ ਦੇ ਵਿੱਚ ਵੀ ਐਸਾ ਹੀ ਕੀਤਾ ਸੀਗਾ ਉਦੋਂ ਤੋਂ ਲੈ ਕੇ ਢੀਂਸਾ ਗਰੁੱਪ ਯੂनाइटेड ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਬਹੁਤ ਸਾਰੇ ਮੁੱਦਿਆਂ ਤੇ ਇਕੱਠੇ ਚੱਲਦੇ ਆ ਰਹੇ ਸੀਗੇ ਹੁਣ ਜਦੋਂ ਅਮਿਤ ਸ਼ਾਹ ਦਾ ਜਿਹੜਾ ਬਿਆਨ ਆਇਆ ਉਹਨਾਂ ਦੇ ਬਿਆਨ ਨੂੰ ਦੇਖਦੇ ਹੋਏ ਇੱਕਦਮ ਨਵੇਂ ਸਮਿਕਰਨ ਬਣਨੇ ਸ਼ੁਰੂ ਹੋ ਗਏ ਨੇ ਉਹਦੇ ਵਿੱਚ ਹੁਣ ਸੁਖਦੇਵ ਸਿੰਘ ਢੀਂਟਸਾ ਦੇ ਗਰੁੱਪ ਲਈ ਵੀ ਬਹੁਤ ਵੱਡੀ ਦੁਬਦਾ ਪੈਦਾ ਹੋ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਲੜ ਕੇ ਚੱਲਣਾ ਹੈ ਕਿ ਨਹੀਂ ਚੱਲਦਾ ਹੈਗਾ ਭਾਰਤੀ ਜਨਤਾ ਪਾਰਟੀ ਪਹਿਲਾਂ ਇਹ ਸੋਚਦੀ ਆ ਰਹੀ ਸੀ ਕਿ ਜੇਕਰ ਸੁਖਵੀਰ ਸਿੰਘ ਬਾਦਲ ਨਹੀਂ ਤਾਂ ਘੱਟੋ ਘੱਟ ਸੁਖਦੇਵ ਸਿੰਘ ਢੀਂਟਸਾ ਤਾਂ ਉਹਨਾਂ ਦੇ ਨਾਲ ਹਨ ਤੇ ਹੁਣ ਜਿਹੜਾ ਢੀਂਸਾ ਗਰੁੱਪ ਲਈ ਵੀ ਬੜੀ ਸਪਾਈ ਸਮੱਸਿਆ ਖੜੀ ਹੋ ਚੁੱਕੀ ਹੈ ਕੱਲ ਨੂੰ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਉਹਦੇ ਵਿੱਚ ਢੀਂਸਾ ਗਰੁੱਪ ਕਿਸ ਤਰ੍ਹਾਂ ਦਾ ਪੈਂਟੜਾ ਲੰਦਾ ਹੈ ਤੇ ਕੀ ਸੁਖਵੀਰ ਸਿੰਘ ਬਾਦਲ ਦੇ ਨਾਲ ਉਹ ਇਕਜੁੱਟ ਹੋਣ ਬਾਰੇ ਕੋਈ ਗੱਲਬਾਤ ਹੁੰਦੀ ਹੈ ਇਹ ਆਪਣੇ ਆਪ ਦੇ ਵਿੱਚ ਵੀ ਕੱਲ ਤੱਕ ਇਹ ਚਰਚਾ ਦਾ ਵਿਸ਼ਾ ਬਣੀ ਰਹੇਗੀ ਪਰ ਹਾਲ ਦੀ ਘੜੀ ਇਹੀ ਨਜ਼ਰ ਆਉਂਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਗਰੁੱਪ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਜਿਹੜਾ ਇਹ ਡਿਵੈਲਪਮੈਂਟ ਹੋਈ ਹੈ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਘਟਨਾਵਾਂ ਨੂੰ ਲੈ ਕੇ ਜਿਹੜਾ ਇੱਕ ਜੁਟਤਾ ਦੇ ਲਈ ਕੁਝ ਸਮਾਂ ਲਿਆ ਜਾ ਸਕਦਾ ਹੈ ਪਰ ਆਮ ਤੌਰ ਤੇ ਇਹੀ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਨੂੰ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਦੀ ਬਹੁਤ ਜ਼ਰੂਰਤ ਹੈ ਤੇ ਇਹ ਜ਼ਰੂਰਤ ਤਾਂ ਹੀ ਪੂਰੀ ਹੋ ਸਕਦੀ ਹੈ ਕਿ ਜੇਕਰ ਅਕਾਲੀ ਦਲ ਦੀ ਲੀਡਰਸ਼ਿਪ ਸਹੀ ਮਾਇਨਿਆਂ ਦੇ ਵਿੱਚ ਸਿੱਖਾਂ ਦੀ ਗੱਲ ਕਰਦੀ ਹੈ ਪੰਜਾਬ ਦੀ ਗੱਲ ਕਰਦੀ ਹੈ ਜੇਕਰ ਉਸੇ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਨੇ ਜੋ ਪਹਿਲੇ ਸਮੇਂ ਦੇ ਵਿੱਚ ਪੈਂਤੜੇ ਲਏ ਜਿਸ ਤਰੀਕੇ ਦੇ ਨਾਲ ਲਗਾਤਾਰ ਅਕਾਲੀ ਦਲ ਦਾ ਸਟੈਂਡ ਮੁੱਦਿਆਂ ਦੇ ਉੱਤੇ ਬਦਲਦਾ ਰਿਹਾ ਹੈ ਉਹਨਾਂ ਕਰਕੇ ਇਸ ਸਮੇਂ ਅਕਾਲੀ ਦਲ ਅਲੱਗ ਥਲੱਗ ਪਿਆ ਹੋਇਆ ਹੈ ਤੇ ਇਸ ਜਿਹੜੀ ਮਾਫੀ ਮੰਗੀ ਹੈ ਉਹ ਸਬੰਧ ਵਿੱਚ ਵੀ ਸੁਖਵੀਰ ਸਿੰਘ ਬਾਦਲ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਨਚਕੀਲਾ ਵਤੀਰਾ ਅਪਣਾਉਣਾ ਪਵੇਗਾ ਤੇ ਤਾਂ ਹੀ ਇਹ ਲੋਕਾਂ ਦੇ ਵਿੱਚ ਇਸ ਲੀਡਰਸ਼ਿਪ ਦੀ ਕ੍ਰੈਡੀਬਿਲਟੀ ਬਣੇਗੀ ਖਾਸ ਤੌਰ ਤੇ ਸਿੱਖ ਲੋਕ ਜਿਹੜੇ ਖਾਸ ਤੌਰ ਤੇ ਪੰਜਾਬ ਦੇ ਲੋਕ ਨੇ ਉਹ ਤਾਂ ਹੀ ਇਸ ਲੀਡਰ ਤੇ ਵਿਸ਼ਵਾਸ ਕਰ ਸਕਣਗੇ ਜੇਕਰ ਉਹਨਾਂ ਦਾ ਸਟੈਂਡ ਸਿੱਖ ਭਾਈਚਾਰੇ ਦੇ ਹੱਕ ਵਿੱਚ ਹੋਊਗਾ ਪੰਜਾਬ ਦੇ ਹੱਕ ਵਿੱਚ ਹੋਊਗਾ ਪਰ ਜੇਕਰ ਇਸ ਪਰਿਵਾਰ ਵੱਲੋਂ ਜਾਂ ਅਕਾਲੀ ਦਲ ਵੱਲੋਂ ਵਾਰ-ਵਾਰ ਉਸੇ ਤਰੀਕੇ ਦੇ ਨਾਲ ਜਿਵੇਂ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਪਹਿਲਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੋਣ ਦਾ ਹੱਕ ਵਿੱਚ ਗੱਲ ਕੀਤੀ ਤੇ ਜਦੋਂ ਦਬਾਅ ਜ਼ਿਆਦਾ ਵਧ ਗਿਆ ਤਾਂ ਉਸ ਵੇਲੇ ਅਸਤੀਫਾ ਦੇ ਦਿੱਤਾਗਾ ਹਰ ਸਿਮਰਤ ਕੌਰ ਬਾਦਲ ਵੱਲੋਂ ਤੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਜਿਹੜਾ ਆਪਣਾ ਨਾਤਾ ਤੋੜ ਲਿਆ ਹੁਣ ਵੀ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਨੇ ਜਿਦੇ ਵਿੱਚ ਖਾਸ ਤੌਰ ਤੇ ਅਕਾਲੀ ਲੀਡਰਸ਼ਿਪ ਨੂੰ ਵਾਰੀ-ਵਾਰੀ ਸਟੈਂਡ ਬਦਲੇ ਜਾਂਦੇ ਨੇ ਇਹ ਸਟੈਂਡ ਬਦਲਨੇ ਬੰਦ ਕਰਨੇ ਪੈਣਗੇ ਅਕਾਲੀ ਦਲ ਦੀ ਜਿਹੜੀ ਸ਼ਾਨ ਹੈ ਤਾਂ ਹੀ ਵਾਪਸ ਆ ਸਕਦੀ ਹੈ ਜੇ ਅਕਾਲੀ ਲੀਡਰਸ਼ਿਪ ਆਪਣੇ ਬੁਨਿਆਦੀ ਸਿਧਾਂਤਾਂ ਦੇ ਉੱਤੇ ਖੜਦੀ ਹੈ ਤੇ ਵਾਰ-ਵਾਰ ਜਿਹੜਾ ਹੈਗਾ ਉਹਨਾਂ ਵਿੱਚ ਬਦਲਾਅ ਨਹੀਂ ਲੈ ਕੇ ਆਉਂਦੀ ਖਾਸ ਤੌਰ ਤੇ ਆਪਣੇ ਵਾਸਤੇ ਜਾਂ ਆਪਣੇ ਪਰਿਵਾਰ ਵਾਸਤੇ ਜਿਹੜੀ ਨਿੱਜੀ ਹਿੱਤਾਂ ਦੇ ਉੱਤੇ ਜਨਨ ਕਰਕੇ ਹੀ ਅਕਾਲੀ ਦਲ ਦਾ ਇਹ ਹਾਲ ਹੋਇਆ ਦੇਖਦੇ ਆ ਕੱਲ ਨੂੰ ਯੂਨਾਈਟਿਡ ਅਕਾਲੀ ਦਲ ਕੀ ਫੈਸਲਾ ਲੈਂਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਹੁਣ ਕਿਸ ਤਰੀਕੇ ਦੇ ਨਾਲ ਚੱਲਦੇ ਆ ਜਾਂ ਅਕਾਲੀ ਲੀਡਰਸ਼ਿਪ ਕਿਸ ਤਰੀਕੇ ਦੇ ਨਾਲ ਚੱਲਦੀ ਹੈ ਇਹ ਸਮਾਂ ਦੱਸੇਗਾ ਪਰ ਇਹ ਹੈ ਕਿ ਜੇਕਰ ਇਹ ਪਾਰਟੀ ਇਕਜੁੱਟ ਹੁੰਦੀ ਹੈ ਜਿਹੜਾ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ ਤੇ ਇੰਨਾ ਗਰੁੱਪ ਇਕੱਠੇ ਹੁੰਦੇ ਆ ਤਾਂ ਇਹ ਅਕਾਲੀ ਦਲ ਨੂੰ ਇਹ ਸੀ ਮਜ਼ਬੂਤੀ ਮਿਲੇਗੀ ਬਾਕੀ ਦੇਖਦੇ ਆ ਕੱਲ ਕੀ ਫੈਸਲਾ ਹੁੰਦਾ ਹੈ ਇਹ ਸੀ ਅੱਜ ਦੀ ਰਿਪੋਰਟ ਕੱਲੂ ਫੇਰ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਉਸ ਤੱਕ ਮਿਲਦੇ ਆ ਆਗਿਆ ਸਤਿ ਸ਼੍ਰੀ ਅਕਾਲ